ਇਸ ਇਲਾਕੇ ਦੇ ਵਿੱਚ ਕਾਵੜੀਆਂ ਦਾ ਆਤੰਕ ਵੇਖਣ ਨੂੰ ਮਿਲਿਆ ਜਦੋਂ ਇਹਨਾਂ ਦੁਆਰਾ ਲੋਕਾਂ ਦੀਆਂ ਗੱਡੀਆਂ ਦਾ ਨੁਕਸਾਨ ਕਰ ਦਿੱਤਾ ਗਿਆ ਅਤੇ ਸਥਾਨਕ ਲੋਕਾਂ ਨੇ ਇਸ ਵਾਰਦਾਤ ਦੀ ਸਾਰੀ ਵੀਡੀਓ ਆਪਣੇ ਮੋਬਾਈਲ ਫੋਨਾਂ ਦੇ ਵਿੱਚ ਕੈਦ ਕਰ ਲਈ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਹਨਾਂ ਕਾਵੜੀਆਂ ਵੱਲੋਂ ਇਲਾਕੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੌਰਾਨ ਖੂਬ ਹੰਗਾਮਾ ਹੋਇਆ, ਮਾਹੌਲ ਤਣਾਅਪੂਰਨ ਹੋ ਗਿਆ ਤੇ ਲੋਕ ਵੀ ਆਪਣੀਆਂ ਜਾਨਾਂ ਬਚਾਉਂਦੇ ਭੱਜਦੇ ਨਜ਼ਰ ਆਏ। ਦਰਅਸਲ ਕਾਵੜੀਆਂ ਨੇ ਇਸ ਇਲਾਕੇ ਦੇ ਵਿੱਚ ਆਤੰਕ ਮਚਾਇਆ, ਦੋ ਧਿਰਾਂ ਦੇ ਵਿਚਕਾਰ ਝੜਪ ਹੋਈ ਹੈ, ਲੋਕਾਂ ਦੀਆਂ ਗੱਡੀਆਂ ਦਾ ਇਹਨਾਂ ਕਾਵੜੀਆਂ ਵੱਲੋਂ ਨੁਕਸਾਨ ਕਰ ਦਿੱਤਾ ਗਿਆ। ਦਰਅਸਲ ਕਾਵੜੀਆਂ ਦੀਆਂ ਦੋ ਧਿਰਾਂ ਦੇ ਵਿਚਕਾਰ ਜਲ ਚੜਾਉਣ ਨੂੰ ਲੈ ਕੇ ਇਹ ਝਗੜਾ ਹੋਇਆ ਤੇ ਆਪਸ ਦੇ ਵਿੱਚ ਡੀਜੇ ਦਾ ਵੀ ਮੁਕਾਬਲਾ ਇਹਨਾਂ ਵੱਲੋਂ ਚੱਲ ਰਿਹਾ ਸੀ ਅਤੇ ਦੋਵਾਂ ਵਿਚਕਾਰ ਇਸ ਦੌਰਾਨ ਲਾਠੀ ਡੰਡੇ ਅਤੇ ਪੱਥਰ ਚੱਲੇ। ਵਾਰਦਾਤ ਦੇ ਵਿੱਚ 4 ਜਣੇ ਜ਼ਖਮੀ ਹੋਏ ਨੇ, ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚੀ ਅਤੇ ਕਾਵੜੀਆਂ ਨੂੰ ਗ੍ਰਿਫਤਾਰ ਵੀ ਕੀਤਾ। ਇਸ ਤੋਂ ਪਹਿਲਾਂ ਵੀ ਇਹ ਕਾਵੜੀਏ ਭਿੜ ਚੁੱਕੇ ਨੇ। ਦਰਅਸਲ ਇਹ ਤਸਵੀਰਾਂ ਗੁਰੂਗ੍ਰਾਮ ਦੇ ਸੈਕਟਰ 12 ਤੋਂ ਸਾਹਮਣੇ ਆਈਆਂ ਨੇ, ਜਿੱਥੇ ਜਲ ਚੜਾਉਣ ਅਤੇ ਡੀਜੇ ਕੰਪੀਟੀਸ਼ਨ ਨੂੰ ਲੈ ਕੇ ਕਾਵੜੀਆਂ ਦੇ ਦੋ ਗੁੱਟਾਂ ਦੇ ਵਿਚਕਾਰ ਜੰਮ ਕੇ ਝਗੜਾ ਹੋਇਆ। ਦੋਵਾਂ ਦੇ ਵਿਚਕਾਰ ਲਾਠੀਆਂ ਡੰਡੇ ਅਤੇ ਪੱਥਰ ਚੱਲੇ। ਇਹਨਾਂ ਦੁਆਰਾ ਲੋਕਾਂ ਦੀਆਂ ਗੱਡੀਆਂ ਦੀ ਵੀ ਭੰਨ ਤੋੜ ਕੀਤੀ ਗਈ। ਮੌਕੇ ਤੇ ਪੁਲਿਸ ਪਹੁੰਚੀ ਤੇ ਦੋਵਾਂ ਹੀ ਗੁੱਟਾਂ ਨੂੰ ਸ਼ਾਂਤ ਕਰਵਾਇਆ ਤੇ ਜਿਸ ਤੋਂ ਬਾਅਦ ਪੁਲਿਸ ਮਾਮਲੇ ਦੀ ਤਫਤੀਸ਼ ਦੇ ਵਿੱਚ ਜੁਟ ਗਈ। ਉੱਥੇ ਪੁਲਿਸ ਨੇ ਕੁਝ ਲੋਕਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ। ਦਰਅਸਲ 27 ਤਰੀਕ ਨੂੰ ਗੁਰੂਗ੍ਰਾਮ ਦੇ ਸੈਕਟਰ 12 ਤੋਂ ਇਹ ਦੋਵੇਂ ਕਾਵੜੀਆਂ ਦਾ ਜਥਾ ਗੁਰੂਗ੍ਰਾਮ ਤੋਂ ਹਰਿਦੁਆਰ ਲਈ ਕਾਵੜ ਲੈਣ ਗਿਆ ਸੀ। ਦੱਸਿਆ ਜਾ ਰਿਹਾ ਕਿ 27 ਤਰੀਕ ਨੂੰ ਵੀ ਇਹਨਾਂ ਦੋਵੇਂ ਧਿਰਾਂ ਦੇ ਵਿਚਕਾਰ ਜੰਮ ਕੇ ਵਿਵਾਦ ਹੋਇਆ ਅਤੇ ਜਦੋਂ ਵਾਪਸ ਆਏ ਅਤੇ ਮੰਦਿਰ ਦੇ ਵਿੱਚ ਜਲ ਚੜਾਉਣ ਲੱਗੇ ਤਾਂ ਦੋਨੋਂ ਹੀ ਕਾਵੜੀਆਂ ਦੇ ਗੁੱਟਾਂ ਦੇ ਵਿਚਕਾਰ ਜਲ ਚੜਾਉਣ ਅਤੇ ਡੀਜੇ ਕੰਪੀਟੀਸ਼ਨ ਨੂੰ ਲੈ ਕੇ ਕਹਾ ਸੁਣੀ ਹੋਈ। ਦੇਖਦੀ ਦੇਖਦੇ ਇਹ ਬਹਿਸ ਝਗੜੇ ਦੇ ਵਿੱਚ ਤਬਦੀਲ ਹੋ ਗਈ ਅਤੇ ਦੋਵੇਂ ਹੀ ਧਿਰਾਂ ਨੇ ਖੂਬ ਲਾਠੀਆਂ ਡੰਡੇ ਅਤੇ ਪੱਥਰ ਚਲਾਏ। ਇਸ ਦੌਰਾਨ 4 ਜਣੇ ਜ਼ਖਮੀ ਵੀ ਦੱਸੇ ਜਾ ਰਹੇ ਨੇ। ਤਸਵੀਰਾਂ 'ਚ ਵੇਖਿਆ ਜਾ ਸਕਦਾ ਕਿ ਕਿਸ ਤਰ੍ਹਾਂ ਇਹਨਾਂ ਕਾਵੜੀਆਂ ਵੱਲੋਂ ਗੱਡੀਆਂ ਦੀ ਭੰਨ ਤੋੜ ਕੀਤੀ ਜਾਂਦੀ ਹੈ, ਇੱਕ ਦੂਜੇ ਤੇ ਹਮਲਾ ਕੀਤਾ ਜਾਂਦਾ ਹੈ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਜਲ ਚੜਾ ਚੁੱਕੇ ਫਿਰ ਕੋਈ ਦੂਸਰੀ ਪਾਰਟੀ ਜੋ ਵੀ ਜਲ ਚੜਾ ਚੁੱਕੀ ਹੈ ਉਹ ਯਹੀ ਸਾਹਮਣੇ ਕਹੀਂ ਰਹਤੇ ਹੈ ਉਨਕੇ ਸਾਥ ਮੇਂ ਝਗੜਾ ਹੁਆ ਹੈ ਉਨ੍ਹੋਂਨੇ ਇਨਕੇ ਉੱਪਰ ਅਟੈਕ ਕੀਆ ਲੇਕਿਨ ਜਲ ਯੇ ਚੜਾ ਚੁੱਕੇ ਥੇ ਉਸਕੇ ਬਾਅਦ ਅਟੈਕ ਕੀਆ ਹੈ ਕਿਸ ਬਾਤ ਕੋ ਲੇਕਰ ਕੇ ਕੀਆ ਵੋ ਸਾਰੀ ਚੀਜ਼ੇ ਅਭੀ ਬਤਾਏਂਗੇ ਉਸਕੇ ਬਾਅਦ ਕਾਰਵਾਈ ਕਰੇਂਗੇ। ਕਿਆ ਕੁਛ ਤੋੜ ਫੋੜ ਕੀ ਗਈ ਹੈ ਕਿਤਨੀ ਗਾੜੀਆਂ ਹੋਈ ਵੋ ਆਪਨੇ ਦੇਖਾ ਹੈ ਯਹਾਂ ਪਰ ਨਾ ਕਿਤਨੇ ਘਾਇਲ ਹੋਏ ਇੱਕ ਘਾਇਲ ਕਾ ਵੀ ਕਿਉਂਕਿ ਹਸਪਤਾਲ ਲੈ ਕੇ ਜਾ ਚੁੱਕੇ ਸ਼ਾਇਦ 4-5 ਲੜਕੋ ਕੋ ਚੋਟ ਲੱਗੀ ਹੈ। ਗਾੜੀਆਂ ਮੇਂ ਤਾਂ ਕਿਤਨੀ ਗਾੜੀ ਹੈ ਦੋ ਗਾੜੀਆਂ ਖੜੀ ਸੀ ਇੱਕ ਤੋਂ ਯੇ ਔਰ ਇੱਕ ਟਾਟਾ 400 ਸਾਥ ਕੋ ਜਾਣਕਾਰੀ ਮਿਲੀ ਕਿਸ ਬਾਤ ਕੋ ਲੇਕਰ ਝਗੜਾ ਹੋਇਆ ਇਹ ਅਭੀ ਬਤਾਏਂਗੇ ਜੀ।